ਹਾਂਜੀ, ਕੀ ਹਾਲ ਆ ਸਾਰਿਆਂ ਦਾ? ਸੋ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਅਤੇ ਖੇਤ ਆਏ ਹੋਏ ਆ ਪਾਣੀ ਲਾਉਣ। ਮੋਟਰ ਨੂੰ ਮਤਲਬ ਨਾਲ ਹੀ ਆ ਘਰ ਦੇ ਖੇਤ, ਪਰ ਠੇਕੇ 'ਤੇ ਲਿਆ ਹੋਇਆ ਬਾਂਹ ਨਾਬਾ, ਅਤੇ ਪਾਣੀ ਆਪਣੇ ਬਾਂਹ ਨੂੰ ਲੱਗ ਚੁੱਕਿਆ ਸਾਰਾ। 5-6 ਦਿਨ ਹੋ ਗਏ ਇਹਨਾਂ ਨੂੰ ਲਾਉਂਦਿਆਂ ਨੂੰ, ਅਤੇ ਆਪਾਂ ਫਿਰ ਅੱਜ ਜਿਹੜਾ ਲਾਸਟ ਵਾਲਾ ਕਿਆਰਾ ਸੀ ਉਹ ਰਮਾਤਾ, ਅਤੇ ਨੱਕਾ ਬੰਦ ਕਰਕੇ ਆਪਾਂ ਮੋਟਰ ਬੰਦ ਕਰਨ ਚੱਲੇ ਹੁਣ, ਅਤੇ ਮੋਟਰ ਬੰਦ ਬੁੰਦ ਕਰਕੇ ਚੱਲਦੇ ਹਾਂ ਘਰੇ, ਫਿਰ ਆਪਾਂ ਆਪਣਾ ਕੰਮ ਸਟਾਰਟ ਕਰਦੇ ਹਾਂ। ਅਤੇ ਅੱਜ ਹੋ ਗਿਆ ਆਪਾਂ ਨੂੰ 11ਵਾਂ ਦਿਨ ਭਾਈ ਘਰ ਕੰਮ ਕਰਦੇ ਨੂੰ, ਸੋ ਅੱਜ ਆਪਣਾ ਖੁੱਡਾ ਬਣ ਜੂ। ਮੁਰਗੀਆਂ ਲੈ ਕੇ ਆਪਾਂ ਘਰਦਿਆਂ ਤੋਂ ਆਪਣੇ ਖੁੱਡੇ ਦੇ ਵਿੱਚ ਬੰਦ ਕਰ ਲੈਣੀਆਂ ਨੇ, ਅਤੇ ਫਿਰ ਅੰਡੇ ਲੈਣੇ ਸ਼ੁਰੂ ਕਰ ਲੈਣੇ ਉਹਨਾਂ ਤੋਂ, ਫਿਰ ਆਪਾਂ ਅੰਡੇ ਵੇਚਿਆ ਕਰਾਂਗੇ। ਸੋ ਜੇ ਕਿਸੇ ਨੂੰ ਲੋੜ ਹੋਇਆ ਕਰੂ ਜੀ ਦੱਸ ਦਿਆ ਕਰੋ, ਤੋਂ ਲਿਜਾ ਸਕਦਾ ਆਪਾਂ ਤੋਂ ਕਿਹੜਾ, ਇੱਕ ਵਾਰੀ ਰੇਟ ਪਤਾ ਕਰ ਲਈਏ ਬਾਜ਼ਾਰ 'ਚ ਵੀ ਕੀ ਚੱਲ ਰਿਹਾ। ਵੈਸੇ ਤਾਂ 10-15 ਰੁਪਏ ਚੱਲਦਾ ਹੋਊ ਦੇਸੀ ਅੰਡਾ, ਨਾਲੇ ਆਪਾਂ ਮੁਰਗੀਆਂ ਲਿਆਉਣੀਆਂ ਇਕੱਠੀਆਂ ਕਰਕੇ ਹੋਰ ਪਿੰਡਾਂ 'ਚ। ਸੋ ਜਿਹਦੇ ਕੋਲ ਵਗਿਆਊ ਨੇਗੀਆਂ ਆਪਾਂ ਨੰਬਰ ਦੇ ਦਾਂਗੇ ਅੱਜ ਦੇ ਬਲੌਗ ਦੇ ਥੱਲੇ, ਤਾਂ ਦੱਸ ਵੀ ਸਕਦਾ ਵੀ ਮੁਰਗੀਆਂ ਸਾਡੇ ਕੋਲ ਭਾਈ ਵਗਿਆਊ ਨੇ, ਅਤੇ ਆਪਾਂ ਲੈ ਜਾਂਗੇ ਜੀ ਖਰੀਦ ਕੇ। ਸੋ 24-2500 ਰੁਪਇਆ ਇਕੱਠਾ ਹੋ ਰਿਹਾ ਆਪਣੇ ਕੋਲ, ਅਤੇ ਕੁਛ ਕੁ ਹੋਰ ਕਰ ਲਵਾਂਗੇ ਇਕੱਠੇ, ਅਤੇ ਵੀਡੀਓ ਐਡੀਟਿੰਗ ਤੁਹਾਨੂੰ ਪਤਾ ਕਰਦੇ ਰਹਿੰਦੇ ਆਪਾਂ, ਅਤੇ ਉਹ ਆਪਾਂ ਹੁਣ ਘੱਟ ਹੀ ਦਿਖਾਇਆ ਕਰਾਂਗੇ ਕਿਉਂਕਿ ਟਾਈਮ ਹੀ ਨਹੀਂ ਲੱਗਦਾ ਹੈਗਾ, ਆਪਦੀਆਂ ਵੀਡੀਓ ਐਡਿਟ ਕਰਨ ਵਾਲੀਆਂ ਹੋ ਜਾਂਦੀਆਂ। ਸੋ ਉਹਨਾਂ 'ਤੇ ਹੁਣ ਆਪਾਂ ਘੱਟ ਜ਼ੋਰ ਦੇਵਾਂਗੇ ਕਿਉਂਕਿ ਆਪਾਂ ਫਿਜ਼ੀਕਲੀ ਵਰਕ 'ਤੇ ਜ਼ਿਆਦਾ ਜ਼ੋਰ ਦੇਵਾਂਗੇ ਹੁਣ ਥੋੜ੍ਹਾ। ਲਓ ਜੀ ਮੋਟਰ ਆਪਾਂ ਕਰਤੀ ਬੰਦ, ਸੋ ਘਰੇ ਚੱਲਦੇ ਹੁਣ, ਅਤੇ ਘਰੇ ਚੱਲ ਕੇ ਆਪਾਂ ਖੁੱਡੇ ਦੀ ਤਿਆਰੀ ਕਰਦੇ ਹਾਂ ਪਾਉਣ ਦੀ, ਅੱਜ ਮੁਰਗੀਆਂ ਛੱਡ ਦੇਣੀਆਂ। ਲਓ ਜੀ ਕਹਿੰਦੇ ਰੋਜ਼ ਮੰਗੋ, ਆਪਾਂ ਕੰਮ 'ਤੇ ਡਟ ਚੁੱਕੇ ਹਾਂ ਖੇਤੋਂ ਆ ਕੇ ਸਿੱਧੂ ਸਿੱਧਾ। ਸੋ ਆਪਣਾ ਗੇਟ ਤਿਆਰ ਹੈ, ਐੱਮ ਏ ਅੱਧਾ ਰਹਿ ਗਿਆ, ਸੋ ਮਾਨ ਦਾ ਐੱਮ ਏ ਰਹਿ ਗਿਆ ਵਿਚਾਰਾ, ਪੂਰਾ ਮਾਨ ਸੀ ਗੇਟ 'ਤੇ, ਉਹ ਅੱਧਾ ਬਾਕੀ ਉੱਧਰ ਪਿਆ। ਸੋ ਸਾਰਾ ਚਿਣਤੀਆਂ ਪੈਣੀਆਂ ਗੇਟਾਂ, ਅਤੇ ਆ ਰਾਤ ਵਾਲੇ ਗੇਟ ਪੱਟ ਲਏ ਇੱਥੇ, ਦੇਖਦੇ ਹਾਂ ਜੇ ਵੱਡਾ ਗੇਟ ਸਿੱਧਾ ਲੱਗ ਗਿਆ ਇਕੱਲਾ ਤਾਂ ਇਕੱਲਾ ਲਾ ਦਾਂਗੇ ਇੱਥੇ, ਅਤੇ ਇਹ ਉੱਚਾ ਕਰਨਾ ਪਊ ਇੱਥੇ ਤੱਕ, ਇੱਥੇ ਤੱਕ ਇੱਟਾਂ ਲਾਉਣੀਆਂ ਪੈਣੀਆਂ, ਫਿਰ ਜਾ ਕੇ ਪੈਪ ਨਾਲ ਰਲੂਗਾ, ਇਹਦੇ ਨਾਲ ਬੰਨ ਦਾਂਗੇ ਫਿਰ ਆਪਾਂ। ਸੋ ਪਹਿਲਾਂ ਪੱਲੇ ਹੁਣੇ ਚੱਕ ਕੇ ਟਾਈਲਾਂ। ਲਓ ਜੀ ਕਹਿੰਦੇ ਭਰ ਲਈ ਰੇਹੜੀ, ਸਾਡੇ ਵਾਲੇ ਕਹਿੰਦੇ ਠੇਕੇਦਾਰ ਹੈਰਾਨ ਨੇ ਵੀ ਰੇਹੜੀ ਭਰੀ ਕਿਹੜੇ ਲੋਟਾ, ਡਿਜ਼ਾਇਨ ਨਾਲ ਭਰੀ ਆ, ਨਾਲ ਫੁੱਲ ਭਰ ਗਈ ਹੈ, ਇੱਕ ਵੀ ਟਾਇਲ ਨਹੀਂ ਛੱਡੀ ਆਪਾਂ, ਇੱਟਾਂ ਆਪਾਂ ਲੈ ਜਾਂਦੇ ਨਹੀਂ ਇਹਨਾਂ ਦੀ ਭਾਈ, ਚੱਕ ਕੇ ਕਹਿੰਦੇ ਟਾਈਲਾਂ ਲੈ ਜਾਓ, ਕਿਉਂਕਿ ਰੁੱਖੇ ਹੀ ਲਾਉਣੀ ਆਪਾਂ, ਕਿਹੜਾ ਗਾਰੇ 'ਚ ਲਾਉਣੀ ਇਹ, ਇਹ ਆਪਦਾ ਲੱਗ ਰਿਹਾ ਇੱਧਰ ਲਾਉਣ ਇੱਟਾਂ, ਚੱਲਦੇ ਆਪਾਂ ਇੱਧਰ। ਲਓ ਜੀ ਕਹਿੰਦੇ 2-3 ਘੰਟਿਆਂ ਦੀ ਮਿਹਨਤ, ਅਤੇ ਬਣ ਗਈ ਗੱਲਬਾਤ, ਕਿਉਂ ਮੰਨਦੇ ਹੋ ਲੱਗਦਾ ਕੋਈ ਘਰ ਕਿਸੇ ਦਾ। ਸੋ ਇਹ ਬਣ ਗਿਆ ਆਪਣਾ ਜੀ ਮੁਰਗੀ ਫਾਰਮ, ਸੋ ਇਹਦੇ ਵਿੱਚ ਆਪਾਂ ਤਰਪਾਲਾਂ ਤਰਪੂਲਾਂ ਚੱਕ ਲਾਂਗੇ, ਤੂੜੀ ਵੀ ਥੋੜ੍ਹੇ ਦਿਨਾਂ 'ਚ ਖਤਮ ਹੋ ਜੂਗੀ ਤਾਂ, ਕਿਉਂਕਿ ਅੰਦਰੋਂ ਪਾਈ ਜਾਂਦੇ ਨੇ, 10 ਦਿਨਾਂ 'ਚ ਭਰਾ ਕੇ ਪਿੰਡਾਂ ਦਾ ਬਾਹਰ ਮਾਰਾਂਗੇ, ਆਚਾਰ ਥੋੜ੍ਹਾ ਜਿਹਾ ਖਤਮ ਹੋਣਾ, ਇਹਦੇ ਵਿੱਚ ਆਪੀ ਮੱਕੀ ਮੁੱਕੀ ਖਾ ਲਿਆ ਕਰਨਗੇ। ਸੋ ਇੱਧਰ ਲਾ ਦਿੱਤੀਆਂ ਆਪਾਂ ਗੱਠਾਂ, ਕੁਛ ਆ ਹੋਰ ਲਾ ਦਾਂਗੇ ਇਹਦੇ ਨਾਲ ਨਾਲ ਉੱਚੀਆਂ ਕਰਕੇ, ਸੋ ਇਹਨਾਂ ਨਾਲ ਸਪੋਰਟ ਬਣੀ ਰਹੂਗੀ ਗੇਟ ਦੀ, ਵੈਸੇ ਤਾਂ ਫੁੱਲ ਸਪੋਰਟ ਆ ਕਿਉਂਕਿ ਸਰੀਏ ਸੁਰੀਏ ਲਾ ਤੇ ਆਪਾਂ। ਅਤੇ ਦੱਸੋ ਫਿਰ ਕਿਵੇਂ ਲੱਗਿਆ ਆਪਣਾ ਮੁਰਗੀ ਫਾਰਮ, ਭਰ ਦੇਣਾ ਇਹਨੂੰ ਹੁਣ 10-15 ਦਿਨਾਂ ਦੇ ਵਿੱਚ ਮੁਰਗੀਆਂ ਨੇ, ਡੇਲੀ 2-4 ਜਿੰਨੀਆਂ ਮੁਰਗੀਆਂ ਮਿਲਣਗੀਆਂ, ਕੇਰਾਂ ਲਿਆ ਕੇ ਆਪਾਂ ਇਹਨਾਂ ਵਿੱਚ 500 ਮੁਰਗੀ ਇਕੱਠੀ ਕਰ ਲੈਣੀਆਂ। ਸੋ ਫਿਰ ਇਹਨਾਂ ਨੂੰ ਖੁੱਲ੍ਹਾ ਛੱਡ ਦਿਆ ਕਰਾਂਗੇ, ਦਿਨੇ ਗੇਟ ਖੋਲ੍ਹ ਦਿਆ ਕਰਾਂਗੇ,
ਫਿਰਦੀਆਂ ਰਹਿ ਕਰਨਗੀਆਂ ਖੁੱਲ੍ਹੀਆਂ, ਵੱਡਾ ਗੇਟ ਲਾ ਦਿਆ ਕਰਾਂਗੇ ਬੰਦ, ਅਤੇ ਉੱਧਰੋਂ ਵੀ ਬਾਬ ਜੇ ਉੱਧਰ ਜਾਇਆ ਕਰਨਗੀਆਂ, ਉੱਧਰ ਤੁਹਾਨੂੰ ਪਤਾ ਆਪਾਂ ਹੋਈ ਕਰਾਂਗੇ, ਉੱਧਰ ਵੀ ਜਾਲੀ ਲਾ ਤੀ, ਫੁੱਲ ਖੁੱਲ੍ਹਾ ਅਖਬਾਰ ਹੋ ਗਿਆ ਹੁਣ ਇਹਨਾਂ ਵਾਸਤੇ। ਅਤੇ ਲਓ ਜੀ ਆਪਣੇ ਮੁਰਗੀ ਫਾਰਮ ਦੀ ਹੈ ਪਹਿਲੀ ਮੁਰਗੀ। ਸੋ ਆਪਾਂ ਲਾਈਆਂ ਜੀ ਘਰੇ 10 ਦਿਹਾੜੀਆਂ, 10-11 ਦਿਨ ਹੋ ਗਏ ਅੱਜ। ਸੋ ਆਹ ਤਾਂ ਆਪਣੇ ਉਹਤੇ ਲੱਗੀਆਂ ਆਪਦੇ ਕੰਮ 'ਤੇ, ਅਤੇ ਇਹਨਾਂ ਦੇ ਕੰਮ 'ਤੇ ਆਪਾਂ 10-12 ਦਿਹਾੜੀ ਲਾਤੀਆਂ। ਸੋ ਸਾਰੀਆਂ ਮੁਰਗੀਆਂ ਆਪਾਂ ਕਾਬਜ਼ 'ਚ ਕਰ ਲੈਣੀਆਂ, ਆਪਣੀ ਜ਼ਿੰਦਗੀ ਦੀ ਪਹਿਲੀ ਮੁਰਗੀ ਹੋਊਗੀ ਮੁਰਗੀ ਫਾਰਮ ਦੀ। ਸੋ ਛੱਡਣ ਲੱਗੇ ਇਹਨੂੰ ਆਪਾਂ ਫੋਟੋਆਂ ਖਿਚਾਉਣੇ ਇਹਦੇ ਨਾਲ, ਸੋ ਯਾਦਗਿਰੀ ਰੱਖਾਂਗੇ ਜਦੋਂ ਬਣ ਕਰਕੇ ਕੁਛ ਨਾ ਕੁਛ ਵੀ ਪਹਿਲੀ ਮੁਰਗੀ ਤੋਂ ਸਟਾਰਟ ਕੀਤਾ ਸੀ ਕੰਮ ਆਪਾਂ। ਲਓ ਜੀ ਕਹਿੰਦੇ ਮੇਰੇ ਮੁਰਗੇ ਬੈਠੇ ਟੌਰ ਨਾ ਵਿਚਾਰੇ, ਸੋ ਸਾਰੇ ਆਪਾਂ ਛੱਡ ਲਏ ਉਹਦੇ ਵਿੱਚ। 3 ਮੁਰਗੀਆਂ ਉਹ ਸੀ ਅਤੇ 2 ਮੁਰਗੀਆਂ ਉਹ ਸੀ। ਸੋ ਆਹ ਮੁਰਗਾ ਅਤੇ ਇੱਕ ਉਹ ਵੀ ਮੁਰਗਾ ਵਿਚਾਰਾ, ਚੱਲ ਇਹਨਾਂ ਨੂੰ ਦਿਨੇ ਹਿਸਾਬ ਕਿਤਾਬ ਕੱਟਾ ਕਟੂ ਕੇ ਕਹਿੰਦੇ ਮੁਰਗੀਆਂ ਲਿਆਵਾਂਗੇ ਆਪਾਂ, ਇੱਕ ਮੁਰਗਾ ਰੱਖਾਂਗੇ ਬਹੁਤ ਆ ਇੱਕ ਮੁਰਗਾ, ਸੋ ਬਾਕੀ ਮੁਰਗੀਆਂ ਕਟਾ ਦਾਂਗੇ। ਸੋ ਚੱਲਦੇ ਆਪਾਂ ਬਾਜ਼ਾਰ 'ਚ ਜਾ ਕੇ ਆਉਣਾ ਥੋੜ੍ਹਾ ਜਿਹਾ।